बिस्मिल्लाह रहमान रहीम। अस्सलाम वालेकुम दोस्तों, उम्मीद है सब दोस्त सब भाई खैरियत नाल होवो दे। दोस्तों इमरान असलम वड़ैच च तुसी देख रहे हो अपना मवेशी मंडी टीवी। दोस्तों आज तारीख है 3 दिन है हफ्ता 8वां महीना 2019। दोस्तों माशाल्लाह माशाल्लाह ए गां साडे कोल सी सुई, माशाल्लाह बड़ी प्यारी बच्छी दीती, गवाल वाली गां, अच्छा जानवर है, थन छन साफ सुथरे क्लियर सू। अल्लाह पाक खैर करे, अल्लाह पाक पाए नसीब करे। कल ही सफियान साहब नाल गलबात हुई सी ते मैं कह फिर भी राबता कर दियो अज नाल सुबह, क्योंकि देखो दोस्तों कि कोई भी बंदा साडे डेरे ते जाए या किरे भी जाओ डंगर लैण या कोई भी अगले बंदे नाल राबता करके जाओ, ਉਹਦੇ ਤੁਹਾਡਾ ਫਾਇਦਾ। ਇੰਨੀ ਦੂਰੋਂ ਬੰਦਾ ਜਾਏ ਅਤੇ ਅਗਲਾ ਬੰਦਾ ਘਰ ਹੀ ਨਾ ਹੋਵੇ, ਮਿਲੇ ਹੀ ਨਾ, ਜਾਂ ਉਸ ਡੰਗਰ ਦੇ ਛੱਡਿਆ ਹੋਵੇ, ਵੇਚ ਛੱਡਿਆ ਹੋਵੇ, ਉਹ ਅਗਲੇ ਬੰਦੇ ਵਾਸਤੇ ਵੀ ਮਾੜੀ ਗੱਲ ਹੈ, ਤੁਹਾਡੇ ਵਾਸਤੇ ਵੀ, ਸਾਡੇ ਵਾਸਤੇ ਵੀ। ਸਭ ਤੋਂ ਜ਼ਿਆਦਾ ਕਿ ਯਾਰ ਜਿਹੜਾ ਬੰਦਾ ਇੰਨਾ ਸਫ਼ਰ ਕਰਕੇ ਜਾਂਦਾ, ਗੁਜਰਾਤ ਤੋਂ 2-2.5-3 ਘੰਟੇ ਲੱਗਦੇ ਨੇ ਫਿਰ ਆਉਣਾ ਜਾਣਾ, ਉਹਦੇ ਵਾਸਤੇ ਯਾਨੀ ਕਿ ਦਿਹਾੜ ਉਹਦੀ ਭੱਜ ਜਾਂਦੀ ਹੈ। ਅਤੇ ਹੁਣ ਦੋਹਰੇ ਦੋਸਤੋ ਕਿ ਵਕਤ ਹੈ ਕੋਈ ਨਹੀਂ, ਬੰਦਾ ਬੜਾ ਔਖਾ ਟਾਈਮ ਕੱਢ ਕੇ ਜਾਂਦਾ ਹੈ ਅਤੇ ਅਗਲਾ ਬੰਦਾ ਅੱਗੋਂ ਗੱਲ ਹੀ ਨਾ ਸੁਣੇ, ਉਹਨੂੰ ਰਾਹ ਹੀ ਨਾ ਦੇ। ਅਤੇ ਮਾਸ਼ਾਅੱਲਾ ਜੀ ਅੱਛਾ ਰਿਹਾ ਉਹਨਾਂ ਦਾ, ਸਾਡਾ ਸਫਿਆਨ ਹੋਰਾਂ ਦਾ, ਉਹਨਾਂ ਦੇ ਵਾਲਦ ਸਾਹਿਬ ਗਏ ਸਨ ਜੀ, ਬਜ਼ੁਰਗ ਸਾਡੇ ਆਪਣੇ ਬਜ਼ੁਰਗ ਨੇ ਜੀ, ਅੱਛੇ ਲੋਕ ਨੇ, ਅਤੇ ਮਾਸ਼ਾਅੱਲਾ ਭਾਈ ਉਹਨੀ ਬਾਹਰ ਨੇ, ਐਂ ਨਹੀਂ ਪਤਾ ਕਿਹੜੇ ਮੁਲਕ ਨੇ ਦੱਸਿਆ ਹੈ ਨੇ ਮੈਨੂੰ, ਦੁਬਈ ਨੇ ਜਾਂ ਬਾਹਰ ਨੇ ਕਿਹੜੀ ਜਗ੍ਹਾ ਨੇ। ਅਤੇ ਗੁਜਰਾਤ ਆਪਣਾ ਮਾਲ ਡੰਗਰ ਛੰਗਰ ਰੱਖਿਆ ਨੇ ਅਤੇ ਗਾਂ ਇੱਕ ਦੀ ਲੋੜ ਸਨ, ਗਾਂ ਚੰਗੀ ਦੁੱਧ ਵਾਲੀ ਗਾਂ ਸੀ ਜੀ। ਅੱਲਾ ਪਾਕ ਭਾਈ ਹੋਰਾਂ ਨੂੰ ਨਸੀਬ ਕਰੇ ਜੀ, ਅੱਲਾ ਪਾਕ ਚੋਣੀ ਪੀਣੀ ਚੁਗਣੇ ਦੇ ਨੇ ਜੀ। 1.5 ਲੱਖ ਦੀ ਭਾਈ ਹੋਰਾਂ ਦੀ ਅਤੇ ਮੇਰੀ ਗੱਲ ਹੋਈ ਸੀ ਗਾਂ ਦੀ, ਅਤੇ ਬਾਕੀ ਅੱਗੋਂ ਅੱਲਾ ਪਾਕ ਜਾਣਦਾ ਉੱਥੇ ਨਾ ਹੁਣ ਕਿੰਨੇ ਦਿੱਤੇ ਨੇ। ਅਤੇ ਜੋ ਵੀ ਜੀ ਅੱਲਾ ਪਾਕ ਨਸੀਬ ਕਰੇ ਨੇ, ਚੋਣੀ ਪੀਣੀ ਚੁਗਣੀ ਦੇ ਨੇ ਜੀ, ਖੈਰ ਖਰੀਦ ਨਾਲ ਪਹੁੰਚੇ ਜੀ ਘਰ, ਹਾਜੀ ਹੋਰੀ ਵੀ, ਉਹਨਾਂ ਦੇ ਵਾਲਦ ਸਾਹਿਬ ਵੀ, ਉਹਨਾਂ ਦੇ ਭਾਈ ਵੀ, ਅਤੇ ਅੱਲਾ ਪਾਕ ਉਹਨਾਂ ਨਸੀਬ ਕਰੇ ਜੀ ਸਫਿਆਨ ਸਾਹਿਬ, ਅੱਲਾ ਦੇ ਸਾਹ ਲੰਮੇ ਕਰੇ ਜੀ, ਅੱਲਾ ਜ਼ਿੰਦਗੀ ਕਰੇ ਜੀ, ਤੁਹਾਡੇ ਵਾਸਤੇ ਫਾਇਦੇਮੰਦ ਹੋਵੇ ਜੀ। ਅਤੇ ਦੋਸਤੋ ਇਨਸ਼ਾਅੱਲਾ 3 ਗਾਵਾਂ ਹੋਰ ਹਾਜੀ ਹੋਰੀ ਲੈ ਕੇ ਆਏ ਨੇ ਜੀ, ਅਤੇ ਤੁਹਾਨੂੰ ਟੋਬਾ ਟੇਕ ਸਿੰਘ ਦਾ ਮਾਲ ਵਿਖਾਉਂਦੇ ਹਾਂ। ਦੋਸਤੋ ਕੁਝ ਦੋਸਤ ਜਾਣਦੇ ਹੋਣ ਦੇ ਟੋਬਾ ਟੇਕ ਸਿੰਘ ਦੇ, ਕੁਝ ਲੋਕ ਹੋਣ ਦੇ ਵੀ ਟੋਬਾ ਟੇਕ ਸਿੰਘ ਦੇ। ਟੋਬਾ ਟੇਕ ਸਿੰਘ ਦੀਆਂ ਕਿ ਗਾਵਾਂ ਬਹੁਤ ਚੰਗੀਆਂ ਹੁੰਦੀਆਂ ਨੇ, ਬਹੁਤ ਚੰਗੀਆਂ ਗਾਵਾਂ ਨਿਕਲਦੀਆਂ ਨੇ ਉੱਥੇ ਦੀਆਂ। ਅਤੇ ਮਾਸ਼ਾਅੱਲਾ ਜੀ ਅੱਗੋਂ ਅੱਲਾ ਪਾਕ ਜ਼ਿੰਦਗੀ ਕਰੇ, 3 ਗਾਵਾਂ ਆਈਆਂ ਨੇ ਜੀ, ਅਤੇ 3ੋਂ ਤੁਹਾਨੂੰ ਵਿਖਾਉਂਦੇ ਵੀ ਹਾਂ, ਥੋੜ੍ਹੀ ਥੋੜ੍ਹੀ ਆਈਆਂ ਨੇ, ਵੀਡੀਓ ਸ਼ੀਡੀਓ ਬਣੀ ਦੋਸਤੋ, ਮੈਂ ਚਲੋ ਵਿਖਾ ਦਈਏ, ਬਾਕੀ ਜੇ ਕੱਲ੍ਹ ਖੈਰ ਹੋਈ ਇਨਸ਼ਾਅੱਲਾ ਇਨਸ਼ਾਅੱਲਾ, ਟਾਈਮ ਨਹੀਂ ਹੁੰਦਾ, ਫਿਰ ਪੁਰਾਣੇ ਵੀ ਆਏ ਸਨ ਨੇ, ਅਤੇ ਅੱਜ ਉਰੀ ਨਾਲੇ ਮਾਲ ਥੱਕਿਆ ਹੁੰਦਾ ਦੋਸਤੋ, ਅਤੇ ਇੰਨਾ ਸਫ਼ਰ ਮਾਲ ਕਰਦਾ ਅਤੇ ਫਿਰ ਡੰਗਰ, ਅਤੇ ਤੁਹਾਨੂੰ ਪਤਾ ਕਿ ਮਾਰ ਕੇ ਵੱਡੀਆਂ ਗਾਵਾਂ, ਫਿਰ ਇਹ ਗੱਡੀ 3 ਗਾਵਾਂ ਬੜੀਆਂ ਔਖੀਆਂ ਆਉਂਦੀਆਂ ਨੇ, ਅਤੇ ਅੱਲਾ ਪਾਕ ਖੈਰ ਕਰੇ ਜੀ, ਬੜੇ ਔਖੇ ਪਹੁੰਚਦੇ ਮਾਲ, ਡੰਗਰ 2 ਵੱਡੀਆਂ ਗਾਵਾਂ 2 ਆਰਾਮ ਨਾਲ ਆ ਜਾਂਦੀਆਂ ਨੇ ਵੈਸੇ, ਅਤੇ ਫਿਰ ਵੀ ਅੱਲਾ ਪਾਕ ਖੈਰ ਕਰੇ ਜੀ, ਅੱਲਾ ਪਾਕ ਬਿਹਤਰ ਕਰੇ ਦੋਸਤੋ। ਦੋਸਤੋ ਵੀਡੀਓ ਲਾਈਕ ਕਰ ਦਿਆ ਕਰੋ ਹੋ ਸਕੇ, ਅਤੇ ਤੁਹਾਡੀ ਬਹੁਤ ਮਿਹਰਬਾਨੀ, ਰਿਕੁਐਸਟ ਹੁੰਦੀ ਹੈ, ਯਕੀਨ ਮੰਨੋ ਹੌਸਲਾ ਅਫਜ਼ਾਈ ਹੋ ਜਾਂਦੀ ਹੈ। ਬਾਕੀ ਅੱਲਾ ਪਾਕ ਖੈਰ ਕਰੇ, ਖੈਰ ਹੋਣੀ ਚਾਹੀਦੀ ਹੈ, ਕੋਸ਼ਿਸ਼ ਤਾਂ ਅੱਜ ਵੀ ਬੜੀ ਕਰਦੇ ਨੇ, ਚੰਗੇ ਤੋਂ ਚੰਗਾ ਜਾਨਵਰ ਲਿਆਉਣ, ਮੁਨਾਸਿਬ ਤੋਂ ਮੁਨਾਸਿਬ ਕੀਮਤ ਲਿਆਉਣ, ਵੱਡੀਆਂ ਗਾਵਾਂ ਲਿਆਉਣ, ਅਤੇ ਮਾਸ਼ਾਅੱਲਾ ਗਾਵਾਂ ਤਾਂ 3ੋਂ ਚੰਗੀਆਂ ਨੇ, ਅਤੇ ਦਿਹਾੜੇ ਵਾਲੀ ਕੱਚੀਆਂ ਨੇ ਗਾਵਾਂ, 8-8 ਦਿਹਾੜੇ, 10-10 ਦਿਹਾੜੇ, ਫਿਰ ਵੀ ਵੇਖੋ ਗੱਡੀਆਂ 'ਚ ਮਾਲ ਆਉਂਦਾ, ਅੱਲਾ ਪਾਕ ਖੈਰ ਕਰੇ, 3ੋਂ ਗਾਵਾਂ ਵੱਡੀਆਂ ਗਾਵਾਂ ਨੇ ਮਾਸ਼ਾਅੱਲਾ ਜੀ। ਅਤੇ ਇਹ ਬਾੜੀ ਅਤੇ ਮਾਸ਼ਾਅੱਲਾ ਉਂਝ ਡੰਪਰ ਹੈ ਨਾ ਪੂਰਾ, ਇੱਕ ਵੈਡ ਹੈ ਦੋਸਤੋ, 2 ਦੰਦੇ, ਇਹ ਜਿਹੜੀ ਇਸ ਪਾਸੇ ਵੇ ਰਾਈਟ ਸਾਈਡ ਦੇ ਸੱਜੇ ਪਾਸੇ ਦੋਸਤੋ, ਇਹਦੀ ਲਹਿਦਾ ਵੀਡੀਓ ਬਣੀ, ਫਿਰ ਵੀ ਮੈਂ ਦੱਸਾਂਗਾ। ਇਹ ਵਿਸ਼ਕਾਰ ਜਿਹੜੀ ਗਾਂ ਜਾ ਰਹੀ ਦੋਸਤੋ, ਇਹ ਮੂੰਹ 'ਚੋਂ ਛਿੱਗੀ ਹੈ, 6 ਦੰਦੇ, ਦੂਜਾ ਸੁਬਾ ਸੋਣਾ ਹੈ, ਇਹ ਪਰਲੀ ਭੋਡੀ ਗਾਂ ਹੈ ਦੋਸਤੋ, ਠੀਕ ਹੈ, ਵੱਡੇ ਚੱਡੇ ਵਾਲੀ ਵਾਲੀ ਕੱਚੀ ਗਾਂ ਹੈ ਮਾਸ਼ਾਅੱਲਾ, ਚੱਡਾ ਭਰੇ ਦੀ, ਅਤੇ ਇਨਸ਼ਾਅੱਲਾ ਬਾਜ਼ਾਰ ਬੰਦ ਕਰ ਦੇ ਦੀ, ਜਿੱਡਾ ਥਾਣੇ ਗਾਂ ਕੋਲ ਲਿੱਸੀ ਗਾਂ ਹੈ, ਲੇਕਿਨ ਜ਼ਾਤ ਦੀ ਸਭ ਤੋਂ ਚੰਗੀ ਗਾਂ ਹੋਵੇ ਦੀ ਨਤਰਵਾਂ ਨਾਲੂ, ਚੋਣ ਸੌਖੀ ਸਾਊ ਸੀਲ ਬੜਾ ਯਾਨੀ ਕਿ ਸੁਥਰਾ ਡੰਗਰ ਹੋਵੇ ਤਾਂ, ਅਤੇ ਬੜੀ ਨਸਲ ਵਾਲੀ ਗਾਂ ਹੈ ਦੋਸਤੋ, ਉਹ ਲਿੱਸੀ ਗਾਂ ਹੈ, ਠੀਕ ਹੋ ਜਾਏ, ਲਿੱਸੀ ਜ਼ਾਤ ਕੋਲ ਨਹੀਂ ਦੋਸਤੋ, ਮਾਲ ਸਾਂਭ ਲੈਂਦੇ, ਜਿਹਨਾਂ ਨੂੰ ਪਤਾ ਹੋਵੇ ਨਾ ਚੀਜ਼ ਚੰਗੀ ਹੈ, 2 ਮਹੀਨੇ ਦੂਰ ਕਰ ਦਿੰਦੇ ਨੇ ਡੰਗਰ, ਰਾਤ 'ਤੇ ਆ ਜਾਂਦਾ। ਅਤੇ ਬਾਕੀ ਇਨਸ਼ਾਅੱਲਾ ਦੋਸਤੋ ਇਹਨਾਂ ਦੀ ਸਾਰੀ ਮੈਂ ਡਿਟੇਲ ਦੱਸਣਾ ਤੁਹਾਨੂੰ। ਦੋਸਤੋ 3ੋਂ ਗਾਵਾਂ ਸੋਹਣ ਵਾਲੀਆਂ ਨੇ, ਅੱਜ ਹੀ ਗਾਵਾਂ ਆਈਆਂ ਨੇ ਸਾਡੇ ਡੇਰੇ 'ਤੇ ਪਹੁੰਚੀਆਂ ਨੇ ਜੀ, ਅਤੇ ਅੱਗੋਂ ਅੱਲਾ ਪਾਕ ਖੈਰ ਕਰੇ ਇਹਨਾਂ ਜ਼ਿੰਦਗੀ। ਇੱਕ ਗਾਂ ਦੋਸਤੋ 2 ਦੰਦ ਅਤੇ ਮੂੰਹ 'ਚ ਦੁੰਦੀ ਹੈ, ਇਹ ਪਹਿਲੇ ਪਾਸੇ ਵੇ, ਅਤੇ ਭਾਈਆ ਵਹਿੰਦਾ ਵੀ ਨਹੀਂ ਪਿਆ, ਪਾਣੀ ਪੀਣਾ ਸੀ ਗਾਵਾਂ ਧਰਮਾਂ ਨੇ, ਚਲੋ ਆਪੇ ਡਾਹ ਲੈਣ ਦੇ, ਖੈਰ ਹੋਵੇ, ਖੈਰ ਨਾਲ ਪਹੁੰਚੀਆਂ ਨੇ, ਅਲਹਮਦੁਲਿਲਾ ਜੀ। 3ੋਂ ਗਾਵਾਂ ਸੋਹਣੀਆਂ ਵਾਲੀਆਂ ਨੇ, 2 ਵਿੱਚ ਗਾਵਾਂ ਨੇ ਛਿੱਗੀਆਂ ਨੇ ਮੂੰਹ 'ਚੋਂ, ਛਿੱਗੀਆਂ ਨੇ, ਦੂਜਾ ਸੁਬਾ ਸੋਹਣਾ ਨੇ, ਇੱਕ ਗਾਂ ਜਿਹੜੀ ਪਹਿਲਣ ਵੈੜ ਉਹ ਦੁੰਦੀ ਹੈ, ਇਹ ਦੋਸਤੋ ਇਹ ਪਹਿਲਣ ਵੈੜ ਜੇ, ਇਹ ਮੂੰਹ 'ਚ ਦੁੰਦੀ ਹੈ ਆਈਆਂ ਨੇ, ਅਤੇ ਅੱਲਾ ਪਾਕ ਖੈਰ ਕਰੇ, ਅੱਲਾ ਪਾਕ ਇਹਦੀ ਜ਼ਿੰਦਗੀ ਕਰੇ। ਮਾਸ਼ਾਅੱਲਾ ਦੋਸਤੋ ਮੋਰਨੀ ਪੂਰੀ ਮੋਰਨੀ, ਮਾਸ਼ਾਅੱਲਾ ਮਾਸ਼ਾਅੱਲਾ ਲਈ ਅਪੜੀ ਹੈ, ਅਤੇ ਆਈ ਸਾਹਿਬ ਕਹਿੰਦੇ ਨੇ ਕਿ
पूरा दुम्बा है अल्लाह की जिंदगी करे तो बड़ा सोहना थान चड्डा बड़े बड़ा सोहना जानवर है VIP जानवर शौक वाला जानवर है दोस्तों 2,40,000 की मुख्तसर जी कीमत है मुँह च दो दंद है सूने वाली है पहलन वैड है पहली बारी सूने अली सून वाली है दोस्तों यह गां मुँह चू छिगी है ठीक है दूसरा सुबह सूने गां ने अली गां सूने वाली है तो गां लिसी है लेकिन बड़े थान चड्डे वाली गां होवे दी चड्डा अली गां ने भरना है अली गां लाए पी दिहाड़े कच्ची गां दिहाड़े 10-12 गां अली आराम नाल लै जाने ते अगू अल्लाह पाक दी जिंदगी करे इंशाल्लाह लेकिन जात वाला डंगर होगा नस्ल वाली शह होगी साऊ सील तो बड़ा सोहना थान है गां को तो बड़े चड्डे वाली गां है लिसी है वे ठीक हो जाएगी दोस्तों यह जी गां हूँ तुम विखाई सी जी पोडी है छिगी है 2,00,000 रुपये दोस्तों यदि कीमत जी एक है गां जे दोस्तों मुँह चू छिगी है दूसरा सूआ सूना सू पूरा डंपर है अल्लाह की जिंदगी करे सिंह ने ए तो माशाल्लाह वैड चंगी वैड थान चंगा सू काला थान सू मोठ वाला थान सू तो माशाल्लाह अजे भी डंगर लेंदे चंगे ने थाना चड्डे वाला माल पे लेंदे ने यानी कि थान गावं के चंगे होंगे ने कि चोनियाँ हारदे तो मतलब घर च गवाले च गाव लगन वाली तो अली गां तैयार को नहीं दोस्तों ना पुठे भरने सू ना सार ढिली हुई सू तो अली कच्ची गां है तो लेकिन माशाल्लाह कल इंशाल्लाह हाजिर उन्होंने कहा वे कि इन्हें वीडियो बनायो तो बटे शटे खान दियाँ दिहाड़ रेस्ट कर सैट हो जाएगी इंशाल्लाह दोस्तों यह 2,40,000 की भी कीमत जी छिगी मूँह चुए दूजा सूआ सूना सू अली सून वाली व्हाट्सएप ईमो दोस्तों डिस्क्रिप्शन नंबर दिते होंगे ने मैं इतने तुम दस देना 0341-692-3205 0-300-896-3690 एक बार का नंबर है 0-58-050-53-83 तो व्हाट्सएप ईमो तो राबता कर सकते हो दोस्तों अगली वीडियो तक इजाजत चाहवा अल्लाह हाफिज़ दुआवां याद रखियो तो अपना ख्याल रखियो जी रब रखा जी।